ਟ੍ਰੇਨ ਵਾਲਾ ਫਾਟਕ ਆ ਗਿਆ ਜੀ, ਇਹ ਹੈ ਜੀ ਭਿੰਬਰ ਵਾਲੋਂ ਕਾ ਬ੍ਰਿਜ, ਭਿੰਬਰ ਵਾਲੋਂ ਕੋ ਸਟੀਲ ਕਾ ਜੋ ਮੁਜ਼ਫਰਾਬਾਦ ਬਾਅਦ ਵਾਲੋਂ ਕੋ ਕੰਪਲੀਟ ਕਰਕੇ ਅਭੀ ਨਿਕਲਨੇ ਲੱਗੇ ਜੀ ਭਿੰਬਰ ਸਿਟੀ ਕੀ ਤਰਫ, ਭਿੰਬਰ ਮੈਂ ਜਾਏਂਗੇ ਸਿਟੀ ਕਾ ਵਿਜ਼ਿਟ ਕਰੇਂਗੇ, ਘੁੰਮੇਂਗੇ ਥੋੜਾ ਸਾ ਔਰ ਏਕ ਦੋ ਜੋ ਕਾਮ ਹੈ ਵੋ ਕਰੇਂਗੇ। ਅਭੀ ਅਸਰ ਸਾਹਿਬ ਮੇਰੇ ਸਾਥ ਹੈ ਕਿਉਂਕਿ ਅਕੇਲੇ ਜਾਣੇ ਕਾ ਫਾਇਦਾ ਕੋਈ ਨਹੀਂ, ਇਤਨੀ ਦੂਰ ਬੰਦਾ ਜਾਏ ਔਰ ਅਕੇਲਾ ਜਾਏ, ਇਸ ਲਈ ਇਸਕੋ ਵੀ ਸਾਥ ਉਠਾ ਲਈਏ ਔਰ ਭਾਈ ਜਾਨ ਨੇ ਹਮੇ ਗਾੜੀ ਦੀ ਹੈ ਭਾਈ ਕਿ ਆਪ ਜਾਓ ਔਰ ਇਹ ਦੇਖੇ ਇਹ ਚੈੱਕ ਕਰੇ ਭਾਈ, ਪੈਟਰੋਲ ਇੱਕ ਕਤਰਾ ਵੀ ਨਹੀਂ ਹੈ। ਅਭੀ ਜਾਤੇ ਹੋਏ ਰਾਸਤੇ ਸੇ ਪੈਟਰੋਲ ਕੀ ਟੈਂਕੀ ਫੁੱਲ ਕਰਵਾ ਲੈਤੇ ਹੈ, ਸੀਧੇ ਭਿੰਬਰ, ਭਿੰਬਰ ਸੇ ਫਿਰ ਵਾਪਸੀ ਇਨਸ਼ਾਅੱਲਾ। ਚਲੇ ਜੀ ਭਾਈ ਜਾਨ, ਚਲੋ ਜੀ ਚਲੋ ਫਿਰ। ਇਹ ਹੈ ਜੀ ਜਾਤਲਾ ਬਾਜ਼ਾਰ, ਲੇਕਿਨ ਇਹ ਵਾਲਾ ਰਾਸਤਾ ਜਾ ਰਿਹਾ ਜੀ ਜਾਤਲਾ ਬਾਜ਼ਾਰ ਕੀ ਤਰਫ, ਹਮਨੇ ਜਾਣਾ ਹੈ ਭਿੰਬਰ ਸਵਾਨੀ ਵਾਲੀ ਸਾਈਡ ਫਿਲਹਾਲ ਕੇ ਲਈ। ਇਹ ਬ੍ਰਿਜ ਹੈ ਇਹ ਵਾਲਾ ਜੀ, ਇਹ ਜੋ ਆਗੇ ਹੈਡ ਹੈ ਨਾ ਹੈਡ, ਵਹਾਂ ਪੇ ਲੋਕ ਨਹਾਨੇ ਕੇ ਲਈ ਆਤੇ ਹੈ ਭਾਈ। ਇਹ ਵੋ ਜਗ੍ਹਾ ਥੀ ਜੋ ਪਿਛਲੇ ਵੀ ਲੋਕ ਵੀ ਆਪਣੇ ਦੇਖੀ ਨਹਾਨੇ ਕੇ ਲਈ, ਇੱਕ ਯੇ ਹੈਡ ਹੈ, ਇਸਕਾ ਜੋ ਪਾਣੀ ਹੈ ਜਹਾਂ ਸੇ ਵੋ ਕਮ ਮਕਦਾਰ ਮੇਂ ਵੋ ਨਿਕਾਲਤੇ ਹੈ, ਵਹਾਂ ਪੇ ਲੋਕ ਨਹਾਨੇ ਕੇ ਲਈ ਸ਼ੌਕ ਸੇ ਆਤੇ ਹੈ। ਯੇ ਜਾਤਲਾ ਕਾ ਬ੍ਰਿਜ ਹੈ, ਇਸ ਸੇ ਆਗੇ ਆਪਕੋ ਦੋ ਰਾਸਤੇ, ਇੱਕ ਨਿਕਲ ਜਾਏਗਾ ਪੰਜਾਬ ਵਾਲੀ ਸਾਈਡ ਪਰ, ਇੱਕ ਨਿਕਲ ਜਾਏਗਾ ਭਿੰਬਰ ਕਸ਼ਮੀਰ ਵਾਲੀ ਸਾਈਡ ਪਰ। ਹਮ ਚਲੇ ਜਾਏਂਗੇ ਭਿੰਬਰ ਕਸ਼ਮੀਰ ਵਾਲੀ ਸਾਈਡ ਪਰ। ਵੈਲਕਮ ਟੂ ਭਿੰਬਰ ਦਾ ਲੈਂਡ ਆਫ ਪੀਸ ਐਂਡ ਲਾਈਫ। ਮੀਟਰ ਨੂੰ ਚੰਗੇ ਤਰੀਕੇ ਨਾਲ ਚੈੱਕ ਕਰਕੇ ਫਿਰ ਪਵਾਇਆ ਤੇ 5000 ਦੇ ਪਵਾ ਲਾ ਫੁੱਲ ਕਰਾ ਕੇ, ਫਾਇਦਾ ਸਾਨੂੰ ਤੇ ਖਾਲੀ ਦਿੱਤੀ, ਅਸੀਂ ਤਾਂ ਵੀ ਕੁਛ ਨਾ ਕੁਛ ਕਰਦੇ ਹੀ ਪਏ ਹਾਂ। ਚਲੋ ਇੱਥੋਂ ਪੈਟਰੋਲ ਪਵਾ ਹੀ ਲਈਏ, ਹੁਣ ਪਹੁੰਚ ਹੀ ਜਦੋਂ ਆਏ ਹਾਂ। ਉਹ ਇਹ ਕਿੱਥੋਂ ਖੁੱਲਦੀ ਆ? ਖੁੱਲ ਗਈ ਜੀ, ਖੁੱਲ ਗਈ ਉਸਤਾਦ ਜੀ। ਭਿੰਬਰ ਵਾਲੇ ਉਹ ਵਾਹ, ਹੈਂ ਸੜਕ ਵੀ ਬਣਾ ਤੀ ਅਤੇ ਦਰੱਖਤ ਵੀ ਨਹੀਂ ਛੇੜਿਆ, ਮਾਸ਼ਾਅੱਲਾ।
ਅਲਹਮਦੁਲਿਲਾ ਜੀ, ਘੰਟੇ ਦੇ ਸਫ਼ਰ ਤੋਂ ਬਾਅਦ ਅਸੀਂ ਭਿੰਬਰ ਦੀ ਹਦੂਦ 'ਚ ਸ਼ਾਮਲ ਹੋ ਗਏ ਹਾਂ ਜੀ। ਵਾੜਾ ਹੈ ਜੀ, ਇਹ ਡਿਸਟ੍ਰਿਕਟ ਜੇਲ੍ਹ ਹੈ ਜੀ ਇਹਨਾਂ ਦੀ, ਭਿੰਬਰ ਵਾਲਿਆਂ ਦੀ, ਜਿੱਥੇ ਲਿਆ ਕੇ ਕੈਦੀ ਬਾਰ ਬਾਰ ਦੇਖੋ ਨਾ ਕਿਤੇ ਜੰਗਲ 'ਚ ਲਿਆ ਕੇ ਬਣਾਈ ਹੈ ਕਿ ਇੱਥੇ ਆ ਕੇ ਕਿਤੇ ਭੱਜ ਵੀ ਨਾ ਸਕਣ ਹੈ ਜੀ। ਲੈ ਜੀ, ਅਸੀਂ ਪਹੁੰਚ ਆਏ ਹਾਂ ਜੀ ਭਿੰਬਰ। ਭਿੰਬਰ ਭਿੰਬਰ ਭਿੰਬਰ, ਇਹ ਜੋ ਰਾਸਤਾ ਸਿਟੀ ਜਾ ਰਿਹਾ ਹੈ, ਇਹ ਜੋ ਬਾਈਪਾਸ ਕਾ ਹੈ, ਹਮ ਜਾਏਂਗੇ ਬਾਈਪਾਸ ਪੇ। ਫਿਲਹਾਲ ਕੇ ਲੀਏ ਹਮਾਰਾ ਬਾਈਪਾਸ ਪੇ ਜੋ ਕਾਮ ਹੈ ਪਹਿਲੇ ਵੋ ਕਰੇਂਗੇ, ਫਿਰ ਸਿਟੀ ਵਾਲੀ ਸਾਈਡ ਜਾਏਂਗੇ ਨਾ ਉਸ ਤਰਫ ਸੇ। ਇਹ ਜੋ ਹੈ ਬਾਈਪਾਸ, ਇਹ ਹੈ ਜੀ ਡਿਸਟ੍ਰਿਕਟ ਹੈੱਡਕੁਆਰਟਰ ਹਸਪਤਾਲ। ਯਹਾਂ ਸੇ ਇੱਕ ਰਾਸਤਾ ਨਿਕਲਤਾ ਹੈ ਜੀ ਖਾਰੀਆਂ, ਅਭੀ ਇੰਟਰ ਹੁਏ ਜੋ ਮੀਰਪੁਰ ਵਾਲੇ ਰਾਸਤੇ ਸੇ, ਯਹਾਂ ਸੇ ਇੱਕ ਰਾਸਤਾ ਹੈ ਨਾ ਜੋ ਇਹ ਵਾਲਾ ਜੋ ਰਾਸਤਾ ਹੈ, ਅਲ ਖੈਰ ਯੂਨੀਵਰਸਿਟੀ ਭਿੰਬਰ ਇਸ ਤਰਫ ਹੈ, ਔਰ ਇਹ ਰਾਸਤਾ ਖਾਰੀਆਂ ਵੀ ਜਾਤਾ ਹੈ ਭਾਈ। ਇਹ ਰਾਸਤਾ ਜੋ ਹੈ ਨਾ ਬਾਈਪਾਸ ਵਾਲਾ, ਇਹ ਬੇਸਿਕਲੀ ਆਪਕੋ ਲੈ ਕੇ ਜਾਏਗਾ ਜੀ ਗੁਜਰਾਤ ਵਾਲੀ ਰੋਡ ਪਰ, ਔਰ ਛੰਭ ਵਾਲੀ ਰੋਡ ਪਰ, ਔਰ ਜਾਮਲ ਛਾਂਪ ਇਸੀ ਰੋਡ ਪਰ ਆਤਾ ਹੈ ਬਾਈਪਾਸ ਸੇ ਨਿਕਲਤੇ ਹੋਏ। ਵਹਾਂ ਸੇ ਗੁਜਰਾਤ ਵੀ ਆਏਗਾ, ਇੰਡੀਆ ਕਾ ਬਾਰਡਰ ਵੀ ਆਏਗਾ, ਗੁਜਰਾਤ ਆਪਕੇ ਇੱਕ ਸਾਈਡ ਪਰ ਰਹਿ ਜਾਏਗਾ। ਇਹ ਹੈ ਜੀ, ਇਹ ਦੋ ਰਾਸਤੇ, ਇਹ ਵਾਲਾ ਚਲਾ ਜਾਏਗਾ ਸਿਟੀ ਮੇ ਉਸਮਾਨੀ ਵਾਲੀ ਸਾਈਡ, ਜੇ ਚਲਾ ਜਾਏਗਾ ਗੁਜਰਾਤ ਔਰ ਛੰਭ ਵਾਲੀ ਸਾਈਡ, ਯਹਾਂ ਸੇ ਗੁਜਰਾਤ ਕਾ ਰਾਸਤਾ ਵੀ ਨਿਕਲਤਾ ਹੈ। ਹਾਲਤ ਦੇਖੋ ਮੇਰੀ ਯਾਰ, ਗਰਮੀ ਮੇ ਭਾਗ ਕੇ ਕਭੀ ਅੰਦਰ ਕਭੀ ਬਾਹਰ, ਕਭੀ ਅੰਦਰ ਕਭੀ ਬਾਹਰ, ਕਭੀ ਅੰਦਰ ਕਭੀ ਬਾਹਰ, ਇਹ ਹਾਲਾਤ ਹੋ ਗਏ ਹੈ ਫੇਸ ਕੇ। ਹੈ ਧੂਪ ਇਤਨੀ ਗਰਮੀ ਹੈ ਯਹਾਂ ਪੇ ਵੀ, ਪੰਜਾਬ ਕਾ ਪੂਰਾ ਇਲਾਕਾ ਹੈ ਜੀ, ਨਾਮ ਯਹੀ ਹੈ ਕਿ ਭਿੰਬਰ ਆਜ਼ਾਦ ਕਸ਼ਮੀਰ ਮੇ ਹੈ, ਬਸ ਹੈ ਪੰਜਾਬ ਕਾ ਪੂਰਾ, ਗਰਮੀ ਪੰਜਾਬ ਜੈਸੀ ਪ੍ਰੋਪਰਟੀ ਹੈ। ਚਲੇ ਵੀ ਤੋ ਅਭੀ ਤੱਕ ਤੋ ਇਨਕੇ ਆਫਿਸ ਮੇ ਬੈਠੇ ਹੋਏ ਨਾ, ਅਭੀ ਫਰੀ ਹੋਤੇ ਹੈ ਤੋ ਫਿਰ ਨਿਕਲਤੇ ਹੈ ਯਹਾਂ ਸੇ। ਸ਼ੁਕਰ ਅਲਹਮਦੁਲਿਲਾ ਜੀ, ਨਿਕਲ ਆਏ ਜੀ ਹਮ। ਇਹ ਹੈ ਜੀ ਡਿਸਟ੍ਰਿਕਟ ਜੁਡੀਸ਼ੀਅਲ ਕੰਪਲੈਕਸ ਭਿੰਬਰ। ਸਾਰੀ ਸਰਕਾਰੀ ਬਿਲਡਿੰਗ ਇੱਕ ਹੀ ਤਰਫ ਬਾਈਪਾਸ ਰੋਡ ਪੇ ਰੱਖੀ ਹੋਈ ਹੈ। 1122 ਵਾਲੇ ਵੀ ਯਹੀਂ ਪੇ ਬੈਠੇ ਹੋਏ ਹੈ, ਔਰ ਕਮਿਸ਼ਨਰ ਸਾਹਿਬ ਵੀ ਯਹੀਂ ਪੇ ਬੈਠਤੇ ਹੈ, ਅਦਾਲਤੇ ਵੀ ਯਹੀਂ ਪਰ ਹੀ ਹੈ ਭਾਈ। ਫਿਲਹਾਲ ਹਮ ਨਿਕਲੇਂਗੇ ਵਾਪਸੀ ਔਰ ਭਿੰਬਰ ਸਿਟੀ ਕਾ ਵਿਜ਼ਿਟ ਕਰਤੇ ਹੈ। ਇਹ ਨੇ ਜੀ, ਅਸੀਂ ਕੰਮ ਤੋਂ ਵਿਹਲੇ ਹੋਏ ਹਾਂ ਅਤੇ ਅਸੀਂ ਸੋਚਿਆ ਥੋੜ੍ਹਾ ਜਿਹਾ ਚਲੋ ਇਹਨੂੰ ਸ਼ਹਿਰ ਨੂੰ ਘੁੰਮ ਫਿਰ ਲਈਏ, ਜਿਹੀਆਂ ਗਲੀਆਂ ਦੇਖ ਲਈਏ, ਭਿੰਬਰ ਦੇ ਬਾਜ਼ਾਰ ਦੇਖ ਲਈਏ, ਹੋਰ ਤਾਂ ਕੁਝ ਨਹੀਂ। ਚਲੋ ਸ਼ੋਪਿੰਗ ਵਗੈਰਾ ਤਾਂ ਨਹੀਂ ਕਰਨੀ, ਲੇਕਿਨ ਚਲੋ ਕਮ ਸੇ ਕਮ ਆਏ ਹਾਂ ਇਤਨੀ ਦੂਰ ਇਹਦੇ ਬਾਜ਼ਾਰ ਸ਼ਧਾਰ ਤੇ ਦੇਖ ਕੇ ਜਾਈਏ ਨਾ ਜੀ। ਇਹ ਸਾਰਾ ਇਹਨਾਂ ਦੀਆਂ ਸਰਕਾਰੀ ਬਿਲਡਿੰਗਾਂ ਇੱਕ ਤਰਫ ਹੀ ਸਨ ਜਿਹੜੀਆਂ ਮੌਜੂਦ ਹਨ ਬਾਈਪਾਸ ਪਰ, ਤੇ ਫਿਰ ਅਸੀਂ ਇੱਥੋਂ ਗਏ ਹਾਂ ਜੀ ਮੇਨ ਇੰਟਰਸ ਜਿਹੜਾ ਹੋਣਾ ਨਾ, ਛੋਟਾ ਸ਼ਹਿਰ ਤੇ ਛੋਟੀ ਗਲੀਆਂ ਵਾਲਾ ਸ਼ਹਿਰ ਹੈ। ਹਰ ਸ਼ਹਿਰ ਇਸੇ ਤਰ੍ਹਾਂ ਦੇ ਹੋਣੇ ਨੇ, ਅੰਦਰੋਂ ਅੰਦਰ ਅੰਦਰੂਨ ਸ਼ਹਿਰ ਜਦੋਂ ਜਾਓ ਤੇ ਫਿਰ ਇਸੇ ਤਰ੍ਹਾਂ ਦੇ ਮਾਮਲਾਤ ਹੋਣੇ ਨੇ। ਇਹ ਤਾਂ ਬੜੀ ਸੜਕ ਹੈ, ਲੇਕਿਨ ਅੱਗੇ ਜੂੰ ਜੂੰ ਜਾਸਾਂ ਤੇ ਉਹ ਛੋਟੀ ਹੈ, ਅੱਗੇ ਸਾਰੀਆਂ ਸੜਕਾਂ ਛੋਟੀਆਂ ਨੇ, ਮੇਨ ਬਾਜ਼ਾਰ ਹੈ ਇਹਨਾਂ ਨਾਲ ਜੀ। ਇਹ ਤੱਕਣੇ ਹੋ, ਇਹ ਤੱਕੋ, ਇਹ ਇਹਨਾਂ ਨਾਲ ਬਾਜ਼ਾਰ ਸ਼ੁਰੂ ਹੋ ਗਿਆ ਇੱਥੋਂ। ਉਹ ਮੈਂ ਤਾਂ ਪੰਜਾਬੀ ਦੀ ਬਜਾਏ ਕਸ਼ਮੀਰੀ ਬੋਲਣ ਲੈ ਪਿਆ, ਉਹ ਹੋਏ ਕੋਈ ਨਹੀਂ ਜੀ, ਸਾਡੀ ਜ਼ਬਾਨ ਹੀ ਮਿਕਸ ਹੈ, ਅਸੀਂ ਉਰਦੂ ਕਸ਼ਮੀਰੀ ਪੰਜਾਬੀ ਇੰਗਲਿਸ਼ ਨਹੀਂ ਬੋਲਦੇ, ਬਾਕੀ ਸਾਰੀਆਂ ਜ਼ਬਾਨਾਂ ਅਸੀਂ ਬੋਲ ਲੈਂਦੇ ਹਾਂ। ਇਹ ਦੇਖੋ, ਇਹ ਇਹਨਾਂ ਦਾ ਹੈਗਾ ਜੀ ਤੰਗ ਬਾਜ਼ਾਰ। ਇਹ ਤਾਂ ਕੋਈ ਇਹਨਾਂ ਦਾ ਉਹ ਮੱਲਾ ਲੱਗਦਾ ਜਿੱਥੇ ਕਰਿਆਨੇ ਵਾਲੀਆਂ ਦੁਕਾਨਾਂ ਹੀ ਨੇ ਜ਼ਿਆਦਾਤਰ, ਆਹ ਸਪੋਰਟਸ ਸਕੂਲਾਂ ਨੇ ਕਿਤਾਬਾਂ, ਇਹ ਮੱਲਾ ਆ ਗਿਆ ਜੀ ਇਹਨਾਂ ਦਾ। ਇਹ ਬਸਤੇ ਬੁਸਤੇ ਸਕੂਲਾਂ ਨੇ ਟੰਗੇ ਹਨ, ਅੱਗੇ ਟ੍ਰੈਫਿਕ ਹੀ ਜਾਮ ਹੋ ਗਈ, ਇੱਕ ਗੱਡੀ ਲੰਘ ਸਕਦੀ ਹੈ ਇਤਨੀ ਤੰਗ ਗਲੀਏ ਤੇ। ਓਏ ਹੋਏ, ਚਲੋ ਲੰਘ ਗਈ ਹੈ। ਇਹ ਇਹਨਾਂ ਦਾ ਬਾਜ਼ਾਰ ਹੈ ਜੀ ਤੰਗ ਗਲੀਆਂ ਦਾ, ਭਿੰਬਰ ਨਾਲ ਵੀ ਤੰਗ ਬਾਜ਼ਾਰ ਹੈ ਜੀ। ਠੀਕ ਹੈ, ਮਾਸ਼ਾਅੱਲਾ ਸੋਹਣਾ ਹੈ ਜੀ। ਚਲੋ ਤੁਸਾਂ ਨਜ਼ਾਰੇ ਲਓ ਇਸ ਬਾਜ਼ਾਰੇ ਨੇ, ਤੱਕੋ
ਅਤੇ ਤੁਸਾਂ ਕਿ ਇੱਥੋਂ ਨਿਕਲੀ ਦੱਸਣੇ ਆ, ਇਹ ਤਾਂ ਕੋਈ ਇਹਨਾਂ ਦੀਆਂ ਮੇਨ ਮਾਰਕੀਟਾਂ ਨੇ, ਜੁੱਤੀ ਕੱਪੜਾ, ਅਤੇ ਫਿਰ ਟ੍ਰੈਫਿਕ ਵਿੱਚ ਫਸ ਗਏ ਹੋ ਭਾਈ। ਉਹ ਸਾਈਡ 'ਤੇ ਕਰ ਲੈ ਯਾਰ, ਤੇਰੀ ਮਿਹਰਬਾਨੀ, ਲੰਘ ਜਾ ਸੀ, ਚਲੋ ਕੱਢੋ ਫਿਰ, ਕੱਢੋ 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 ਫਿਰ। ਇਹ ਭਾਈ ਗੁਰਾਂ ਕੀ ਤੱਪ ਚੜ੍ਹ ਗਈ ਆ, ਗੁੱਸਾ ਹੀ ਕਰ ਗਏ ਨੇ ਇੱਥੇ। ਹੈ ਜੀ, ਛੋਟੀ ਜਿਹੀ ਗਲੀ ਹੈ, ਮੋਟਰਸਾਈਕਲ ਹੀ ਲੰਘਣ ਹੋਣ ਲੱਗਿਆ ਇੱਥੋਂ ਤੇ, ਚਲੋ ਲੰਘ ਗਈ ਆ ਹੁਣ ਤੇ। ਇਹ ਜੁੱਤੀਆਂ ਦੀਆਂ ਦੁਕਾਨਾਂ ਹੀ ਨੇ ਸਾਰੀਆਂ। ਇਹ ਇਹਨਾਂ ਨਾਲ ਤੰਗ ਬਾਜ਼ਾਰ ਹੈ, ਇੱਕ ਮੇਨ ਬਾਜ਼ਾਰ ਹੈ ਜਿੱਥੇ ਜਾ ਕੇ ਮੇਨ ਦੁਕਾਨਾਂ ਇਹਨਾਂ ਦੀਆਂ ਆਉਣੀਆਂ ਨੇ। ਇਹ ਵਰਦੋ ਨਾ, ਜਿਸ ਤਰ੍ਹਾਂ ਲਾਹੌਰ ਦੀ ਤੰਗ ਬਾਜ਼ਾਰ, ਅਨਾਰਕਲੀ ਬਾਜ਼ਾਰ ਜਿਸ ਤਰ੍ਹਾਂ ਹੋਣੇ ਨੇ, ਉਸ ਤਰ੍ਹਾਂ ਬਾਜ਼ਾਰ ਹੈ ਇਹਨਾਂ ਨਾਲ। ਇਹ ਜੀ ਭਿੰਬਰ ਵਾਲਿਆਂ ਨੂੰ ਬ੍ਰਿਜ ਇੱਕ ਬਣਾ ਕੇ ਦਿੱਤਾ ਗਿਆ ਪਹਿਲੇ ਸੀ ਜੀ, ਇੱਥੇ ਇੱਕ ਜਿਸ ਤਰ੍ਹਾਂ ਮੁਜ਼ੱਫਰਾਬਾਦ ਹੈ ਨਾ, ਸਟੀਲ ਵਾਲਾ ਬ੍ਰਿਜ ਬਣੇ ਆ, ਉਹ ਵਾਲਾ ਬ੍ਰਿਜ ਸੀ, ਉਹ ਅੱਗੇ ਕਰਕੇ ਤੁਹਾਨੂੰ ਉਹ ਵੀ ਦੱਸਣੇ ਆ। ਫਿਲਹਾਲ ਇਹ ਵਾਲਾ ਬ੍ਰਿਜ ਹੈ ਜੀ ਨਵਾਂ ਭਿੰਬਰ, ਅਤੇ ਅਗਲੇ ਗ੍ਰਾਂ ਨੂੰ ਨਾਲ ਟੱਚ ਕਰਨ ਨੂੰ ਕੱਸੀ ਨੇ ਉੱਪਰ ਬਣਾਇਆ ਗਿਆ, ਵਰਨਾ ਇੱਥੇ ਜਦੋਂ ਕੱਸੀਆਂ ਭਰਨੀਆਂ ਨੇ ਨਾ, ਤਾਂ ਫਿਰ ਰਸਤਾ ਹੀ ਬੰਦ ਹੋ ਜਾਣਾ। ਸ਼ੁਕਰ ਹੈ ਚਲੋ ਭਿੰਬਰ ਵਾਲਿਆਂ ਨੂੰ ਇਹ ਸਹੂਲਤ ਬਣੀ, ਕਸ਼ਮੀਰ ਮੀਰਪੁਰ ਵਾਲਿਆਂ ਨੂੰ ਤਾਂ ਜਿਹੜਾ ਬ੍ਰਿਜ ਉਹ ਲੱਭਾ ਹੀ ਕੋਈ ਨਹੀਂ ਹਲੇ ਤੀਕਰ, ਉਸੇ ਤਰ੍ਹਾਂ ਹੀ ਹੈ। ਟ੍ਰੇਨ ਵਾਲਾ ਫਾਟਕ ਆ ਗਿਆ ਜੀ, ਇਹ ਹੈ ਜੀ ਭਿੰਬਰ ਵਾਲੋਂ ਕਾ ਬ੍ਰਿਜ, ਭਿੰਬਰ ਵਾਲੋਂ ਕੋ ਸਟੀਲ ਕਾ ਜੋ ਮੁਜ਼ੱਫਰਾਬਾਦ ਵਾਲੋਂ ਕੋ ਵੀ ਦਿਆ ਹੋਇਆ ਬ੍ਰਿਜ, ਇਹ ਮੀਰਪੁਰ ਹੈ, ਭਿੰਬਰ ਵਾਲੇ ਲੋਕੋ ਕੋਲ ਵੀ ਦਿਆ, ਮੀਰਪੁਰ ਵਾਲੋਂ ਕੋ ਕੁਛ ਨਹੀਂ, ਇਹ ਬ੍ਰਿਜ ਹੈ ਉਹ ਵੀ ਨਹੀਂ ਕੰਪਲੀਟ ਹੋ ਰਹਾ ਇਨਕਾ। ਭਿੰਬਰ ਅਭੀ ਤੋ ਸਿਟੀ ਦੇਖ ਲਈ ਹੈ, ਖਾਣੇ ਕੇ ਲੀਏ ਹਮੇ ਕੋਈ ਨਹੀਂ ਅੱਛੀ ਜਗ੍ਹਾ ਮਿਲੀ ਜਹਾਂ ਸੇ ਬੈਠ ਕੇ ਹਮ ਖਾਣਾ ਖਾ ਸਕੇ, ਲੇਕਿਨ ਇਹ ਬ੍ਰਿਜ ਹਮੇ ਦੇਖਣੇ ਕੇ ਲੀਏ ਅੱਛਾ ਮਿਲਾ। ਇਹ ਹੈ ਜੀ ਬ੍ਰਿਜ ਇੱਕ, ਔਰ ਇਹ ਇਲਾਕਾ ਹੈ ਜੀ ਸਾਰਾ ਕਸ਼ਮੀਰ ਕਾ ਆਗੇ ਬਾਰਡਰ, ਇਹ ਸਮਾਨੀ ਕਾ ਇਲਾਕਾ ਹੈ, ਇਹ ਸਾਰਾ ਪੰਜਾਬ ਹੈ ਇਸ ਤਰਫ, ਭਿੰਬਰ ਭਿੰਬਰ ਸ਼ਹਿਰ ਕੋ ਛੋੜ ਕੇ ਬਾਕੀ ਸਾਰਾ ਪੰਜਾਬ ਹੈ। ਹਾਲਾਤ ਮੇਰੇ ਗਰਮੀ ਦੀ ਵਜ੍ਹਾ ਸੇ ਸਹੀ ਦਰਦ ਔਰ ਮੂੰਹ ਧੋਣੇ ਕੇ ਲੀਏ ਵੀ ਕੋਈ ਜਗ੍ਹਾ ਨਹੀਂ ਮਿਲੀ ਕਿ ਬੰਦਾ ਮੂੰਹ ਹੀ ਧੋ ਲੈਤਾ ਹੈ। ਚਲੇ ਭਿੰਬਰ ਵਾਲੋ ਕੇ ਪਾਸ ਹੋਰ ਤੋਂ ਕੁਛ ਨਹੀਂ ਹੈ, ਲੇਕਿਨ ਕਮ ਸੇ ਕਮ ਜੇ ਬ੍ਰਿਜ ਤੋਂ ਹੈ, ਲੇਕਿਨ ਖੂਬਸੂਰਤ ਸਿਟੀ ਹੈ ਭਾਈ, ਦੇਖਣੇ ਵਾਲੀ ਸਿਟੀ ਹੀ ਹੈ, ਪਾਰਕ ਵੀ ਮੌਜੂਦ ਹੈ ਯਹਾਂ ਪੇ, ਠੀਕ ਹੈ। ਲੇਕਿਨ ਇੱਕ ਬ੍ਰਿਜ ਹੈ ਦੇਖਣੇ ਕੇ ਲੀਏ, ਲੋਕ ਇੰਜੋਏ ਵਗੈਰਾ ਕਰਤੇ ਹੈ ਭਿੰਬਰ, ਲੇਕਿਨ ਭਿੰਬਰ ਸਿਟੀ ਦੇਖਣੇ ਵਾਲੀ ਹੈ, ਖੂਬਸੂਰਤ ਸਿਟੀ ਹੈ। ਅਭੀ ਲੇਕਿਨ ਇਸ਼ੂ ਇਹ ਹੈ, ਹਮੇ ਖਾਣੇ ਕੇ ਲੀਏ ਕੋਈ ਅੱਛਾ ਪੁਆਇੰਟ ਨਹੀਂ ਮਿਲਾ, ਅਭੀ ਖਾਣੇ ਕੇ ਲੀਏ ਕੋਈ ਦੇਖਤੇ, ਅਗਰ ਨਹੀਂ ਮਿਲਾ ਤੋ ਸੀਧੇ ਮੀਰਪੁਰ ਹੀ ਜਾ ਕੇ ਫਿਰ ਖਾਏਂਗੇ, ਸਿਟੀ ਵਗੈਰਾ ਦੇਖ ਲਈਏ, ਕੰਮ ਜੋ ਕਰਨੇ ਤੇ ਉਹ ਕਰ ਲਈਏ ਆਪਣੇ, ਅਭੀ ਹਮ ਨਿਕਲਤੇ ਹੈ ਜੀ ਭਾਈ ਜਾਨ ਵਾਪਿਸ। ਸੋਹਣੀ ਦਾ ਰਸਤਾ ਹੀ ਹੈ ਨਾ, ਲੱਗ ਰਿਹਾ ਆਪਾਂ ਗਲਤ ਚਾੜ ਆਏ ਹਾਂ, ਚੱਲਿਆ ਕ੍ਰਾਸ ਕਰਕੇ ਦੇਖਦੇ ਹਾਂ ਨਾ, ਸੋਹਣੀ ਜਾਣ ਲੱਗੇ ਆਪਾਂ ਜਾਣਾ ਵਾਪਸ। ਉਹ ਪਹਾੜੀ ਇਲਾਕੇ ਵਾਲਿਓ, ਆਪਾਂ ਬੋਰਡ ਛੋੜ ਵੀ ਲਾ ਦਿਓ, ਆਪਾਂ ਗਲਤ ਆ ਗਏ ਭਾਈ, ਇਹ ਸੋਹਣੀ ਜਾਣ ਲੱਗੇ ਆ, ਪੇਟ ਬੂਟਣ ਲੈ ਭਿੰਬਰ ਸ਼ਹਿਰ ਕ੍ਰਾਸ ਕਰੇਂਗੇ ਤੋ ਸਮਾਨੀ ਕੇ ਰਾਸਤੇ ਹੋ ਜਾਏਗੀ, ਯਹਾਂ ਸੇ ਆਗੇ ਸਮਾਨੀ ਫਿਰ ਇੰਡੀਆ ਕੇ ਬਾਰਡਰ, ਲੇਕਿਨ ਹਮਨੇ ਮੀਰਪੁਰ ਵਾਪਸ ਜਾਣਾ, ਯਹਾਂ ਸੇ ਫਿਰ ਸਿਟੀ ਜਾਏਂਗੇ ਭਿੰਬਰ, ਵਹਾਂ ਸੇ ਨਿਕਲੇਂਗੇ ਸੀਧਾ ਮੀਰਪੁਰ ਵਾਲੀ ਜੋ ਹਮਾਰੀ ਮੇਨ ਸੜਕ ਹੈ ਨਾ, ਵਹਾਂ ਪੇ। ਉਸਤਾਦ ਜੀ ਕਿਹੜੀ ਕਿਹੜੀ ਚੀਜ਼ ਹੈ ਖਾਣ ਨੂੰ, ਕਿਹੜੀ ਕਿਹੜੀ ਚੀਜ਼ ਹੈ, ਚਾਟ ਕਿਹੜੀ ਹੈ,
फास्ट फूड के सामान होते हैं, फालूदा आइसक्रीम वगैरह, समोसा चाट, चना चाट कोई नहीं है? दो समोसा चाट कर दे ना, इधर ही खानी है गड्डी जी बस। ਚਲੋ ਕੁਛ ਖਾਣ ਨੂੰ ਤਾਂ ਲੱਭਾ ਹੀ ਨਾ, ਸਕੂਨ ਹੀ ਨਾ, ਹੁਣ ਖਾ ਲੈ ਮੈਂ ਤਾਂ। ਚਲੋ ਪਾਣੀ ਵੀ ਪੀਤਾ, ਤੂੰ ਤੇ ਪਾਣੀ ਵੀ ਪੀਣਾ ਗਵਾਰਾ ਨਹੀਂ ਕੀਤਾ ਉੱਥੇ ਹੈ। ਤੂੰ ਕਿਹਾ ਨਾ ਭਾਈ ਏਦਾਂ ਹੀ ਠੀਕ ਆ, ਬੜੀ ਹਿੰਮਤ ਆ ਯਾਰ ਇਹਦੀ, ਇਹਨੂੰ ਪਾਣੀ ਦੀ ਪਿਆਸ ਵੀ ਨਹੀਂ ਲੱਗੀ ਇਤਨੀ ਗਰਮੀ ਦੇ ਵਿੱਚ, ਤੇ ਮੈਂ ਉੱਥੇ ਚਾਰ ਗਲਾਸ ਪਾਣੀ ਦੇ ਪੀ ਲਏ ਨੇ। ਚਲੋ ਇੱਥੋਂ ਚਾਰ ਵਗੈਰਾ ਖਾਂਦੇ ਹਾਂ, ਬਾਕੀ ਰੋਟੀ ਜਾ ਕੇ ਉੱਥੇ ਦਫ਼ਤਰ ਹੀ ਕਿਤੇ ਮੀਰਪੁਰ, ਦਫ਼ਤਰ ਨਹੀਂ ਮੀਰਪੁਰ ਕਿਤੇ ਹੋਟਲ 'ਚ ਖਾਵਾਂਗੇ, ਅੱਛੀ ਰੋਟੀ ਲੱਭਦੀ ਹੈ ਨਾ ਉੱਥੋਂ। ਇਹ ਬੈਸਟ ਟਾਈਮ ਹੈ ਜੀ, ਭਿੰਬਰ ਸ਼ਹਿਰ ਮੇਨ ਦੇ ਵਿੱਚ ਖੜੇ ਹਾਂ, ਮੇਨ ਸ਼ਹਿਰ ਹੈ ਜਿਹੜਾ, ਪਹਿਲੇ ਬਾਈਪਾਸ ਤੇ ਸੀ ਹੁਣ ਮੇਨ ਸ਼ਹਿਰ ਦੇ ਵਿੱਚ ਆ। ਓ ਜੇ ਆ ਗਈ ਹੈ ਜੀ ਭਿੰਬਰ ਕੀ ਸਮੋਸਾ ਚਾਟ, ਫਿਲਹਾਲ ਇਸਕੋ ਟੇਸਟ ਕਰੇਂਗੇ ਅਸਰ ਭਾਈ। ਅਸਰ ਭਾਈ ਟੇਸਟ ਕਰਕੇ ਦੱਸੋ, ਸਵਾਦ ਨਹੀਂ ਹੈ ਤੇ ਭਿੰਬਰ ਵਾਲਿਆਂ ਨੂੰ ਦੱਸਾਂਗੇ ਭਾਈ ਆਪਣੇ ਟੇਸਟ ਠੀਕ ਕਰੋ। ਸਵਾਦ ਹੈ ਠੀਕ ਹੈ, ਕਿਉਂਕਿ ਮੈਂ ਤੇ ਮੋਬਾਈਲ ਵੀ ਅੱਜ ਬੜੇ ਆ, ਸਹੀ ਹੈ ਖਾਲਵਾਂ ਇਹਦਾ ਮਤਲਬ ਹੈ। ਚਲੋ ਜੀ ਫਿਲਹਾਲ ਖਾਈਏ ਇੰਜੋਏ ਭਿੰਬਰ ਵਾਲਿਓ, ਚਾਟ ਖਵਾਈ ਖੁੱਲਾ ਮਸਾਲਾ ਪਾ ਕੇ, ਮਸਾਲੇ ਦੀ ਢੇਰੀ ਕਿਤੇ ਥੱਲੇ ਲਾਈ ਮਿਕਸ ਕੀਤੀ, ਸਾਰਾ ਸਤਿਆਨਾਸ ਹੀ ਹੋ ਗਿਆ। ਚਲ ਕੀ ਹੋ ਸਕਦਾ ਹੁਣ, ਇਹਨਾਂ ਨੂੰ ਕੁਝ ਕਹਿ ਤਾਂ ਨਹੀਂ ਸਕਦੇ। ਹਾਂ ਜਦੋਂ ਖਾਲੀ ਪੇਟ ਹੋਵੇ ਨਾ ਫਿਰ ਹਰ ਚੀਜ਼ ਹੀ ਅੰਦਰ ਜਾਂਦੀ ਹੈ। ਚਲ ਬੁਲਾ ਉਹਨੂੰ, ਬੋਲ ਪੁੱਛ ਬਿੱਲ ਮੁਕਾ, ਫਿਰ ਨਿਕਲੀ ਅੱਗੇ ਹੀ। ਛੇ ਤੇ ਇਸੇ ਤਰ੍ਹਾਂ ਹੀ ਹੋ ਗਏ ਨੇ ਦਫ਼ਤਰ 'ਚ ਹੀ ਅੱਜ। ਮੇਨ ਸੜਕ ਹੈ ਜਿਹੜੀ ਜਾਂਦੀ ਹੈ ਜੀ ਸਮਾਣੀ ਨੂੰ, ਤੇ ਅਸਾਂ ਗਲਤੀ ਨਾਲ ਲੱਗਾ ਸਮਾਣੀ ਲੱਗੇ ਕਿ ਅਸਾਂ ਇਸੇ ਰੋਡ ਤੋਂ ਸ਼ਹਿਰ ਨੇ ਵਿੱਚੋਂ ਵਿੱਚ ਜਾਣੀ ਹੈ, ਅੱਗੇ ਬਾਈਪਾਸ ਦੇ ਨਾਲ ਟੱਚ ਹੋਣੀ ਹੈ, ਬਾਈਪਾਸ ਤੋਂ ਰਸਤਾ ਨਿਕਲਣਾ ਫਿਰ ਅਸਾਂ ਨਾ ਮੀਰਪੁਰ ਵਾਲਾ, ਤੇ ਇਹ ਇਹਨਾਂ ਨਾਲ ਮੇਨ ਜਿਹੜਾ ਮਾਰਕੀਟਾਂ ਸ਼ਹਿਰ ਕੀਤਾ ਨੇ ਨਾ ਬ੍ਰੈਂਡ ਸ਼ਰੈਂਡ ਅਤੇ ਫਾਸਟ ਫੂਡਾਂ ਇਸ ਰੋਡ 'ਤੇ ਤੋਂ ਸਾਨੂੰ ਲੱਭਸਨ। ਚਲੋ ਹੁਣ ਪਹੁੰਚਦੇ ਹਾਂ ਨਾ ਜੀ, ਅਸਾਂ ਰੋਡ ਅਸਾਂ ਆਪਣੇ ਪਹਿਲੇ ਲੋੜ ਲਈ ਹੈ ਨਾ, ਫਿਰ ਅੱਗੇ ਨਿਕਲਨੇ ਹਾਂ। ਇਹ ਆ ਗਿਆ ਜੀ ਇਹਨਾਂ ਦਾ ਮੇਨ ਚੌਕ, ਇਹ ਇੱਕ ਬਾਈਪਾਸ ਨੂੰ ਜਾ ਰਹੀ ਹੈ ਸੜਕ, ਅਤੇ ਇੱਕ ਮੀਰਪੁਰ ਨੂੰ ਜਾ ਰਹੀ ਹੈ, ਅਤੇ ਫਿਰ ਅਸਾਂ ਕਿਹੜੇ ਪਾਸੇ ਜਾ ਰਹੇ ਹਾਂ ਜੀ, ਅਸਾਂ ਇਹ ਸ਼ਹੀਦਾਂ ਚੌਕ ਹੈ ਇਹਨਾਂ ਦਾ ਵੀ, ਵਾਜਿਬ ਆ ਮੀਰਪੁਰ ਵਾਲਿਆਂ ਨੇ ਸ਼ਹੀਦਾਂ ਚੌਕ ਰੱਖਿਆ, ਇਹਨਾਂ ਵੀ ਸ਼ਹੀਦਾਂ ਚੌਕ ਹੀ ਰੱਖੇ ਆ ਜੀ। ਚਲੋ ਰੱਖੋ ਨਾਮ ਜਿਸ ਤਰ੍ਹਾਂ ਮਰਜ਼ੀ, ਲੇਕਿਨ ਖੂਬਸੂਰਤ ਸਿਟੀ ਹੈ ਜੀ, ਦੇਖਣ ਵਾਲੀ ਸਾਡੇ ਕੋਲ ਇਤਨਾ ਟਾਈਮ ਵੀ ਕੋਈ ਨਹੀਂ ਸੀ। ਇਹ ਵਿਊ ਜਿਹੜਾ ਮਾਸ਼ਾਅੱਲਾ ਜੀ, ਇਹ ਜੀ ਮੇਨ ਭਿੰਬਰ ਦਾ ਉੱਪਰ ਪਹਾੜੀ ਇਲਾਕੇ ਤੋਂ ਦੇਖਣ ਵਾਲਾ ਵਿਊ ਹੈ, ਸਾਹਮਣੇ ਸਾਨੂੰ ਸਮਾਣੀ ਹੈ ਸਾਰਾ ਨਜ਼ਰ ਆਉਣਾ। ਇਹ ਜਿਹੜਾ ਜਿਤਨਾ ਭਿੰਬਰ ਦਾ ਇਲਾਕਾ ਹੈ ਜੀ, ਸਾਰੀ ਆਬਾਦੀ ਭਿੰਬਰ ਦੀ ਹੈ, ਇੱਥੋਂ ਸ਼ੁਰੂ ਹੋਣੀ ਹੈ ਜੀ, ਇਹ ਜਾਣੀ ਅੱਗੇ ਉਹ ਅੰਡੇ ਤੱਕ।
ਇਹ ਸਾਰਾ ਪਾਰ ਜੀ ਕਸ਼ਮੀਰ ਅਤੇ ਇਹ ਮੈਦਾਨੀ ਇਲਾਕਾ ਸਾਰਾ ਅੱਗੇ ਗੁਜਰਾਤ, ਤਕਰੀਬਨ ਭਿੰਬਰ ਤੋਂ ਕੋਈ ਤਕਰੀਬਨ 8 ਤੋਂ 10 ਕਿਲੋਮੀਟਰ ਤੋਂ ਬਾਅਦ ਪੰਜਾਬ ਸ਼ੁਰੂ ਹੋ ਜਾਂਦਾ। ਇਹ ਸਾਰਾ ਇਲਾਕਾ ਪੰਜਾਬ ਦਾ ਮੈਦਾਨੀ ਇਲਾਕਾ, ਤਾਂਹੀਓ ਕਰਕੇ ਭਿੰਬਰ ਦੇ ਵਿੱਚ ਬੜੀ ਗਰਮੀ ਸੀ, ਕਿਉਂਕਿ ਪੰਜਾਬ ਦੇ ਵਿੱਚ ਗਰਮੀ ਹੈ ਅਤੇ ਇਹ ਵੀ ਮੈਦਾਨੀ ਇਲਾਕੇ 'ਚ ਆ ਜਾਂਦਾ, ਇਹ 'ਚ ਵੀ ਬੜੀ ਗਰਮੀ ਹੈ। ਉਸ ਹਿਸਾਬ ਦੇ ਨਾਲ ਫਿਰ ਗਰਮੀ ਅਤੇ ਗਰਮੀ ਹੀ ਗਰਮੀ ਸੀ। ਚਲੋ ਇਹ ਜਿਹੜਾ ਨਾ ਇਲਾਕਾ ਸਾਰਾ, ਦੇਖੋ ਕਿਤਨੀ ਖੂਬਸੂਰਤ ਸਿਟੀ ਹੈ, ਇਹ ਵਿਊ ਬਹੁਤ ਕਮਾਲ ਦਾ ਵਿਊ ਸੀ। ਦੇਖੋ ਕਿਤਨਾ ਬੜਾ ਸ਼ਹਿਰ ਹੈ, ਭਿੰਬਰ ਸ਼ਹਿਰ ਹੈ ਮੇਨ, ਇਹਨਾਂ ਨਾਲ ਹਿਸਟਰੀ ਹੈ, ਇਸ ਨਹੀਂ ਵੀ ਇਹ ਜ਼ਿਲ੍ਹਾ ਬਣ ਗਿਆ ਹੁਣ, ਅਤੇ ਪਹਿਲੇ ਤਹਿਸੀਲ ਹੋਣੀ ਸੀ ਅਮੀਰਪੁਰ ਨਹੀਂ, ਅਤੇ ਇਹ ਸਾਰਾ ਅੱਗੇ ਗੁਜਰਾਤ ਹੈ, ਸੋਸਾਇਟੀਆਂ ਵੀ ਬਣ ਗਈਆਂ ਨੇ ਹੁਣ। ਤਾਂ ਜੀ ਜੋਤਲਾ ਅਲਬਾਸ ਰੈਸਟੋਰੈਂਟ, ਪਹਿਲੇ ਕਈ ਹੋਰ ਰੁਕਣੇ ਤਾਂ ਮੂਡ ਥਾ, ਲੇਕਿਨ ਅਭੀ ਬਿਹਤਰ ਹੈ ਕਿ ਰਾਸਤੇ ਮੈਂ ਰੁਕ ਕੇ ਨਾ ਕੁਛ ਖਾ ਲਿਆ ਜਾਏ। ਮੀਰਪੁਰ ਪਹੁੰਚ ਗਏ ਨਾ ਤੋ ਯੇ ਸਾਹਿਬ ਵੈਸੇ ਹੀ ਸ਼ੁਰੂ ਹੋ ਗਏ ਥੇ, ਭਾਈ ਬਿਰਿਆਨੀ ਆਫਿਸ ਮੇਂ ਬਣੀ ਹੋਈ ਹੈ, ਆਫਿਸ ਮੇਂ ਜਾ ਕੇ ਬਿਰਿਆਨੀ ਖਾਤੇ ਹੈ। ਮੈਂ ਕਿਹਾ ਨਹੀਂ ਭਾਈ, ਫਿਲਹਾਲ ਕੁਛ ਨਾ ਕੁਛ ਤਾਂ ਰੁਕ ਕੇ ਚਾਏ ਚਾਏ ਔਰ ਚਿਪਸ ਹੀ ਪੇਟ ਭਰੇ, ਲੇਕਿਨ ਰੁਕ ਕੇ ਯਹੀਂ ਪੇ ਕਹੀਂ ਪੇ ਖਾਏਂਗੇ। ਇਹ ਈਦ ਕਾ ਮੈਨਿਊ ਹੈ ਭਾਈ, ਇਸ ਮੈਨਿਊ ਮੇਂ ਦੇਖਤੇ ਹੈ ਹਮਾਰੇ ਲੀਏ ਕਿਆ ਹੈ ਭਾਈ। ਚਾਏ ਹੈ, ਚਾਏ ਕੇ ਸਾਥ ਹੋਰ ਕਿਆ ਲੋਗੇ, ਕੇਕ ਹੈ, ਫਰੂਟ ਕੇਕ ਹੈ, ਰਸ਼ੀਅਨ ਸੈਲਡ ਹੈ, ਫਰਾਈ ਸੈਲਡ ਹੈ, ਫਰਾਈਜ਼ ਹੈ, ਫਰਾਈਜ਼, ਚਾਏ ਜਾਂ ਸਾਲਣ ਵੀ ਦੇਖਣਾ ਕੋਈ, ਫਿਰ ਰੋਟੀ ਖਾਣੀ, ਕਿਤਨਾ ਟਾਈਮ ਲੱਗਣਾ ਰੋਟੀ ਖਾਣੇ ਆ। ਉਸਤਾਦ ਜੀ ਅਗਰ ਕੜਾਹੀ ਦਾ ਆਰਡਰ ਦੀਏ ਕਿਤਨੀ ਦੇਰ 'ਚ ਤਿਆਰ ਹੋ ਜਾਸੀ? ਚਿਕਨ ਇੰਨਾ ਤਾਂ ਟਾਈਮ ਹੀ ਕੋਈ ਨਹੀਂ, ਚਿਕਨ ਮੇਰੇ ਤੋਂ ਨਹੀਂ ਇਤਨਾ ਟਾਈਮ ਲੱਗਣਾ ਚਾਹੀਏ, ਉਹ ਤਾਂ ਰੈਡੀ ਨਹੀਂ ਹੋਤਾ। ਔਰ ਫਰਾਈਜ਼ ਅਗਰ ਕਰਨੇ ਹੋ ਚਾਏ ਕੇ ਸਾਥ? ਆਪ ਐਸਾ ਕਰੇ ਨਾ, ਚਿਕਨ ਮੱਖਣੀ ਕੜਾਹੀ, ਮਜ਼ੇ ਕੇ ਟੇਸਟ ਅੱਛਾ ਹੈ, ਹਾਫ ਕਰਨੀ ਹੈ, ਲੇਕਿਨ ਕੋਸ਼ਿਸ਼ ਕਰੀਏਗਾ ਥੋੜ੍ਹੀ ਜਲਦੀ ਹੋ ਜਾਏ। ਹਾਂ ਹਾਫ, ਨਹੀਂ ਹੋਰ ਕੁਛ ਵੀ ਨਹੀਂ, ਬਸ ਥੋੜ੍ਹਾ ਜਲਦੀ ਕਰੀਏਗਾ ਬਸ। ਖਾਣ ਨੂੰ ਮੈਂ ਕਿਹਾ ਕੜਾਹੀ ਖਵਾ ਹੀ ਦਿਆਂ, ਜਿਹੜਾ ਐਡੀ ਦੂਰ ਆ ਸਫ਼ਰ ਕੀਤਾ, ਸਾਰੀ ਦਿਹਾੜੀ ਕਮਾਈ ਕੀਤੀ ਹੈ, ਕੋਈ ਦੋ ਦੋ ਤਿੰਨ ਰੁਪਈਏ ਇਕੱਠੇ ਕਰਕੇ ਲਿਆਏ ਹਾਂ, ਬਿਹਤਰ ਨਹੀਂ ਕੁਛ ਖਾ ਕੇ ਵੀ ਜਾਈਏ? ਇਸ ਤਰ੍ਹਾਂ ਸਫ਼ਰ ਦਿਹਾੜੀ ਸਾਰੀ ਲੰਘ ਗਈ ਸਾਡੀ ਭਿੰਬਰ, ਅਤੇ ਇੱਕ ਚਾਟ ਖਾ ਕੇ ਤਾਂ ਨਹੀਂ ਗੁਜ਼ਾਰਾ ਹੁੰਦਾ ਨਾ, ਅਤੇ ਬਿਹਤਰ ਹੈ ਕੜਾਹੀ, ਚਿਕਨ ਕੜਾਹੀ ਚਲੋ ਸਹੀ ਹੈ, ਮਟਨ ਨੂੰ ਟਾਈਮ ਲੱਗਣਾ, ਚਿਕਨ ਚਲੋ ਕੀ ਪਤਾ ਜਲਦੀ ਹੋ ਹੀ ਜਾਏ। ਦਸਤੀ 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 ਆਈ ਹੈ, ਆ ਕੇ ਅੱਧੇ ਘੰਟੇ ਨਾ ਗਏ ਸਨ, ਦੇ ਦਸਤੀ ਦਸਤੀ, ਚਲੋ ਚੈੱਕ ਕਰਦੇ ਹਾਂ ਟੇਸਟ ਤਾਂ ਕਰੀਏ ਨਾ। ਟੇਸਟ ਠੀਕ ਹੈ, ਉਹ ਰਹਿਦਾ ਠੀਕ ਨਹੀਂ, ਦੋਵੇਂ ਹੁਣ ਖਾਤੇ 'ਚ ਨੇ, ਜੋ ਚੀਜ਼ ਜਿਹੜੀ ਆ ਗਈ ਉਹਨੂੰ ਖਾਤੇ 'ਚ ਪੈ ਗਈ, ਉਹਨੂੰ ਖਾਣਾ ਚਾਹੀਦਾ ਹੈ, ਉਹਨੂੰ ਮੁਕਾਉਣਾ ਚਾਹੀਦਾ। ਕੋਲੀਆਂ ਮੈਨੂੰ ਦੇਤੀ ਹੈ, ਮੈਂ ਡੰਗਰ ਹੈ, ਆਪ ਦੇਖੋ ਜੀ ਉਹਦੇ ਵਿੱਚ ਪਾ ਕੇ ਬਹਿ ਗਿਆ, ਮੈਨੂੰ ਆਹ ਡੋਂਗੇ ਦੇਤੇ ਪਾਈ ਜਾਣ ਅਤੇ ਜੁੜੇ ਰਹੋ ਕੋਲੀਆਂ ਨੂੰ, ਚਮਚੀਆਂ ਭਰ ਭਰ ਕੇ ਪੀਓ। ਚਲੋ ਇੱਕ ਬੁਰਕੀ ਹੋਰ ਲਾਈਏ ਨਾ, ਉਹ ਸੜ ਗਿਆ, ਉਹ ਸੜ ਗਿਆ, ਉਹ ਸੜ ਗਿਆ, ਫਿਰ ਸੜ ਗਿਆ, ਓਏ ਇੰਨਾ ਟਾਈਮ, ਓਏ ਆ ਜਾ, ਓਏ ਆ ਜਾ, ਉਹਨੂੰ ਟਾਈਮ ਲਾਇਆ ਓਏ,
ਆ ਰਹਿਤਾ ਤੇ ਮਜ਼ੇ ਦਾ ਇਹ ਰਹਿਤਾ ਇੱਕ ਕੰਮ ਨਹੀਂ ਸੀ ਠੀਕ ਹੈ ਮੈਨੂੰ ਵੀ ਇਹ ਚੀਜ਼ ਨਜ਼ਰ ਆਈ ਸੀ ਦੋਏ ਰਹਿਤੇ ਵੀ ਠੀਕ ਨੇ ਕੜਾਈ ਵੀ ਠੀਕ ਹੈ ਮਜ਼ੇ ਦੀ ਹੈ ਯਾਰ ਚਲੋ ਹੁਣ ਪਹਿਲੇ ਖਾਈਏ ਬਾਅਦ 'ਚ ਤੁਹਾਨੂੰ ਦੇਖਦੇ ਅੱਛਾ ਜੀ ਅਸ ਸਾਹਿਬ ਇਹਦਾ ਮਤਲਬ ਹੈ ਨਾ ਤੈਨੂੰ ਭੁੱਖ ਲੱਗਦੀ ਨਾ ਮੈਨੂੰ ਲੱਗਦੀ ਕਿ ਅੱਧਾ ਕਿਲੋ ਕੜਾਈ ਚਾਰ ਰੋਟੀਆਂ ਤਿੰਨ ਅਸੀਂ ਖਾਧੀਆਂ ਉਹ ਵੀ ਇੱਕ ਮੈਂ ਬਲਕਿ ਦੋ ਇਹਨੇ ਮੇਰੇ ਮੁਕਾਬਲੇ 'ਚ ਖਾਧੀਆਂ ਇੱਕ ਇਹਦੀ ਇੱਕ ਇਹ ਮੇਰੀ ਫਿਰ ਮੈਂ ਇੱਕ ਮੈਂ ਖਾ ਗਿਆ ਅਤੇ ਅੱਧਾ ਕਿਲੋ ਕੜਾਈ ਦੇ ਵਿੱਚੋਂ ਵੀ ਭਾਈ ਜਾਣਾ ਦੇਖੋ ਯਾਨੀ ਕਿ ਅਸੀਂ ਪੂਰੀ 250 ਗ੍ਰਾਮ ਕੜਾਈ ਖਾਧੀ ਦੋ ਬੰਦਿਆਂ ਨੇ ਹਿਸਾਬ ਲਓ ਲੋਕੀ ਕਿਲੋ ਕਿਲੋ ਕੜਾਈ ਖਾ ਜਾਂਦੇ ਨੇ ਯਾਰ ਓਏ ਹੋਏ ਹੋਏ ਪਤਾ ਨਹੀਂ ਖਾਣੇ ਕਿਸ ਤਰ੍ਹਾਂ ਨੇ ਲੋਕ ਚਲੋ ਜਿਸ ਤਰ੍ਹਾਂ ਵੀ ਖਾਣੇ ਨੇ ਹੁਣ ਇੱਥੋਂ ਚਾਹ ਨਹੀਂ ਪੀਣੀ ਚਾਹ ਪੀ ਕੇ ਪੀਵਾਂਗੇ ਜਾ ਕੇ ਆਪਣੇ ਦੁਕਾਨ 'ਤੇ ਉੱਥੇ ਜਾ ਕੇ ਪੀਵਾਂਗੇ ਜਾਂ ਦਫ਼ਤਰ ਪੀਵਾਂਗੇ ਬਸ ਤੈਅ ਹੋ ਗਿਆ ਅਤੇ ਤੈਅ ਹੋ ਗਿਆ ਚਲੀਏ ਨਹੀਂ ਇਹ ਕਿਹਦਾ ਮੇਰੇ ਵਾਸਤੇ ਲੈ ਗਿਆ ਹਿਸਾਬ ਲਓ ਜਾ ਕੇ ਜੇਦਾਰ ਤੋਂ ਪਰਫਿਊਮ ਲੈ ਕੇ ਆ ਰਿਹਾ ਇਹਦੇ ਨਾ ਟਿਕਟੋਕ ਲਾਈਵ ਤੋਂ 80 ਰੁਪਏ ਕੀ ਆ ਗਏ ਇਹ ਜੇਦਾਟ ਤੋਂ ਪੈਂ ਪਰਫਿਊਮ ਲੈਣ ਤੁਰ ਪਿਆ 86 ਹੋ ਗਏ 86 ਰੁਪਏ ਹੋ ਗਏ 6 ਰੁਪਏ ਘਟਾ ਕੇ ਮਰਜ਼ੀ ਆ ਯਾਰ ਤੇਰੀ ਮੈਂ ਖੁਸ਼ ਹੋ ਰਿਹਾ ਮੈਂ ਕਿਹਾ ਬੰਦਾ ਮੇਰੇ ਵਾਸਤੇ ਲੈ ਕੇ ਆਇਆ ਗਿਫਟ ਕਰਨਾ ਤੁਸੀਂ ਰੱਖ ਲਓ ਜੀ ਇਹ ਨਹੀਂ ਇਸ ਤਰ੍ਹਾਂ ਤਰੀ ਹੋਣਾ ਗਿਫਟ ਗਿਫਟ ਹੋਣਾ ਜੀ ਚਲੋ ਜੀ ਹਮਨੇ ਚਾਏ ਸ਼ਾਏ ਵੀ ਪੀ ਲਈ ਹੈ ਜੈਸਾ ਵੀ ਰਹਾ ਮਾਸ਼ਾ ਅੱਲਾ ਸੇ ਬਹੁਤ ਅੱਛਾ ਦਿਨ ਰਹਾ ਆਪਣਾ ਬਹੁਤ ਸਾਰਾ ਖਿਆਲ ਰੱਖੀਏ ਹਮਾਰੇ ਚੈਨਲ ਕੋ ਤੋ ਨਹੀਂ ਸਬਸਕ੍ਰਾਈਬ ਕਰਤੇ ਵੀਡੀਓ ਕੋ ਲਾਈਕ ਔਰ ਸ਼ੇਅਰ ਹੀ ਕਰੀਏ ਅੱਲਾ ਹਾਫਿਜ਼।